ਬੈਗ ਪਾਈਪਸ ਦੀ ਧੁੰਨ ਤੇ ਭੰਗੜਾ ਅਤੇ ਉਹ ਵੀ ਮਹਾਮਾਰੀ ਦੇ ਇਹਨਾਂ ਦਿਨਾਂ ਵਿੱਚ। ਜੀ ਹਾਂ, ਕੈਨੇਡਾ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਤਣਾਅ ਦੇ ਇਹਨਾਂ ਦਿਨਾਂ ਵਿੱਚ ਹਰ ਕਿਸੇ ਨੂੰ ਸਕੂਨ ਦੇਣ ਵਾਲੀਆਂ ਹਨ ਅਤੇ ਸੋਸ਼ਲ ਮੀਡੀਆ ਦੇ ਧੜੱਲੇ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਭੰਗੜਾ ਪਾ ਰਹੇ ਗੁਰਦੀਪ ਭੰਦੇਰ ਹਨ ਅਤੇ ਬੈਗ ਪਾਈਪ ਤੇ ਉਹਨਾਂ ਦਾ ਸਾਥ ਦੇ ਰਹੇ ਨੇ ਜੌਰਡਨ ਲਿੰਚੇ। ਜਗਦੀਪ ਭੰਦੇਰ ਟੈਕਨੋਲੋਜੀ ਸੈਕਟਰ 'ਚ ਕੰਮ ਕਰਦੇ ਹਨ ਅਤੇ ਭੰਗੜਾ ਕੋਚ ਵੀ ਹਨ, ਜਦਕਿ ਜੌਰਡਨ ਇੱਕ ਟੀਚਰ ਹਨ ਅਤੇ ਉਹਨਾਂ ਨੇ ਇਸ ਵੀਡੀਓ ਜ਼ਰੀਏ ਕੈਨੇਡਾ ਦੇ ਬਹੁਤ ਸੱਭਿਆਚਾਰਕ ਖਾਸੇ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭੰਦੇਰ ਦਾ ਕਹਿਣਾ ਕਿ ਸਾਡਾ ਮਕਸਦ ਇਹ ਦੱਸਣਾ ਹੈ ਕਿ ਸੋਸ਼ਲ ਡਿਸਟੈਂਸ ਨੂੰ ਕਿਵੇਂ ਮੈਂਟੇਨ ਰੱਖਣਾ ਹੈ, ਪਰ ਇਸ ਦੇ ਬਾਵਜੂਦ ਸਾਂਝੇ ਤੌਰ ਤੇ ਅਸੀਂ ਕਾਫੀ ਕੁਝ ਕਰ ਸਕਦੇ ਹਾਂ ਇੱਕ ਦੂਜੇ ਤੋਂ ਇੱਕ ਬਣਦੀ ਦੂਰੀ ਉੱਪਰ ਰਹਿ ਕੇ। ਨਾਲ ਹੀ ਇਸ ਵੀਡੀਓ ਜ਼ਰੀਏ ਅਸੀਂ ਕੈਨੇਡਾ ਦੇ ਬਹੁਤ ਸੱਭਿਆਚਾਰਕ ਕਦਰਾਂ ਕੀਮਤਾਂ ਵਾਲੀ ਜੀਵਨ ਸ਼ੈਲੀ ਵੀ ਵਿਖਾਉਣੀ ਚਾਹੁੰਦੇ ਹਾਂ। ਬੈਗ ਪਾਈਪਸ ਦੇ ਹਾਈ ਰੋਡ ਟੂ ਲਿੰਟਨ ਦੀ ਧੁੰਨ ਵਜਾ ਰਹੇ ਲਿੰਚੇਜ ਦਾ ਕਹਿਣਾ ਕਿ ਠੰਡੇ ਮੌਸਮ ਵਿੱਚ ਬੈਗ ਪਾਈਪਸ ਵਜਾਉਣਾ ਕਾਫੀ ਕਠਿਨ ਹੈ, ਪਰ ਇਸ ਮਹਾਮਾਰੀ ਦੇ ਦੌਰ ਵਿੱਚ ਉਦਾਸ ਮਨਾਂ ਲਈ ਸਾਡੇ ਵੱਲੋਂ ਇਹ ਪਿਆਰ ਹੈ ਕਿ ਉਹਨਾਂ ਦੇ ਚਿਹਰਿਆਂ ਤੇ ਸਾਡੀ ਇਹ ਕੋਸ਼ਿਸ਼ ਰੌਣਕ ਲਿਆਵੇ, ਸਾਡੀ ਇਹ ਕੋਸ਼ਿਸ਼ ਹੈ। ਜਗਦੀਪ ਭੰਦੇਰ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੀ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਹਨ, ਉਹ ਇਸ ਤੋਂ ਪਹਿਲਾਂ ਉਹਨਾਂ ਨੇ ਮੇਅਰ ਨੂੰ ਪੱਗ ਬੰਨ੍ਹਣੀ ਵੀ ਸਿਖਾਈ ਸੀ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਇਸ ਵੇਲੇ ਮਹਾਮਾਰੀ ਦੇ ਦਿਨਾਂ ਵਿੱਚ ਉਹ ਲੋਕਾਂ ਨੂੰ ਆਨਲਾਈਨ ਭੰਗੜਾ ਵੀ ਸਿਖਾ ਰਹੇ ਨੇ। ਭੰਦੇਰ ਦਾ ਕਹਿਣਾ ਹੈ ਕਿ ਉਹ ਜੰਗਲੀ ਇਲਾਕੇ ਵਿੱਚ ਮਹਾਨਗਰ ਤੋਂ ਦੂਰ ਰਹਿੰਦੇ ਹਨ, ਇੱਥੇ ਬਿਮਾਰੀ ਦਾ ਹਾਲਾਂਕਿ ਕੋਈ ਖਤਰਾ ਨਹੀਂ, ਫਿਰ ਵੀ ਉਹ ਪੂਰੀ ਅਹਤਿਆਤ ਵਰਤ ਰਹੇ ਹਨ। ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਸਾਵਧਾਨੀ ਵਰਤੀ ਜਾਵੇ, ਉਹ ਸ਼ਹਿਰ ਤੋਂ ਗਰੋਸਰੀ ਆਦਿ ਲੈਣ ਜਾਣ ਵੇਲੇ ਵੀ ਪੂਰੀ ਮੁਸਤੈਦੀ ਵਰਤਦੇ ਹਨ। ਜੌਰਡਨ ਲਿੰਚੇਜ ਦਾ ਕਹਿਣਾ ਹੈ ਕਿ ਇਸ ਬੁਰੇ ਦੌਰ ਵਿੱਚ ਅਸੀਂ ਖਾਸ ਚੌਕਸ ਹਾਂ, ਦੋਸਤ ਮਿੱਤਰਾਂ ਨੂੰ ਨਹੀਂ ਮਿਲ ਪਾ ਰਹੇ ਤਾਂ ਅਸੀਂ ਵੀਡੀਓ ਜ਼ਰੀਏ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ, ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।